जिहड़े बंदे दा ध्यान टिक गया ना गुरमुखो सदा ही हजूरी विच रहिंदा, सदा ही हजूरी विच उहदा प्रवेश हो जांदा। ਉਹ ਭਾਵੇਂ ਗੁਰਦੁਆਰੇ ਤੋਂ ਬਾਹਰ ਬੈਠਾ, ਭਾਵੇਂ ਗੁਰਦੁਆਰੇ ਤੋਂ ਦੂਰ ਬੈਠਾ, ਭਾਵੇਂ ਆਪਣੇ ਘਰ ਵਿੱਚ ਬੈਠਾ, ਭਾਵੇਂ ਕਿਤੇ ਵੀ ਬੈਠਾ, ਉਹ ਸਦਾ ਦੀ ਹਜ਼ੂਰੀ ਵਿੱਚ ਚਲਾ ਗਿਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਮੁਖੀ ਨਾਮ ਰਸੀਏ ਗੁਰਸਿੱਖ ਹੋਏ ਆ, ਉਹਨਾਂ ਨੂੰ ਅੰਗਰੇਜ਼ ਸਰਕਾਰ ਨੇ ਕੈਦ ਕਰ ਦਿੱਤਾ ਲਾਹੌਰ ਦੀ ਜੇਲ੍ਹ ਦੇ ਵਿੱਚ। ਉਹ ਕੈਦ ਸਨ ਤੇ ਜੇਲ੍ਹ ਦੇ ਵਿੱਚੋਂ ਉਹਨਾਂ ਨੇ ਕੁਝ ਚਿੱਠੀਆਂ ਲਿਖੀਆਂ, ਜਿਹੜੀਆਂ ਚਿੱਠੀਆਂ ਨੂੰ ਜੇਲ੍ਹ ਚਿੱਠੀਆਂ ਨਾਮ ਦੀ ਇੱਕ ਪੁਸਤਕ ਦੇ ਵਿੱਚ ਕਲਮਬੰਦ ਕਰਕੇ ਸੰਭਾਲਿਆ ਗਿਆ ਉਹਨਾਂ ਦੇ ਪਿਆਰਿਆਂ ਵੱਲੋਂ। ਧਿਆਨ ਦੇਣਾ, ਕਹਿੰਦੇ ਭਾਈ ਰਣਧੀਰ ਸਿੰਘ ਜੀ ਜਦੋਂ ਲਾਹੌਰ ਦੀ ਜੇਲ੍ਹ ਵਿੱਚ ਕੈਦ ਨੇ, ਅੰਗਰੇਜ਼ ਦਾ ਸਮਾਂ ਸੀ, ਬੜਾ ਸਖ਼ਤ ਪਹਿਰਾ ਸੀ, ਤੇ ਰਾਤ ਨੂੰ ਜਿਸ ਕੋਠੜੀ ਦੇ ਵਿੱਚ, ਜਿਸ ਬੈਰਕ ਦੇ ਵਿੱਚ ਭਾਈ ਰਣਧੀਰ ਸਿੰਘ ਜੀ ਕੈਦ ਸਨ, ਉੱਥੇ ਜਿਹੜਾ ਡਿਊਟੀ ਦੇ ਰਿਹਾ ਸੀ ਨਾ ਸਿਪਾਹੀ ਰਾਤ ਨੂੰ, ਉਹ ਕੀ ਦੇਖਦਾ ਹੈ ਕਿ ਇੱਕ ਪ੍ਰਕਾਸ਼ ਹੋਇਆ, ਇੱਕ ਲਾਈਟ ਹੋਈ ਹੈ। ਉਹਨੂੰ ਸੁਣਾਈ ਵੀ ਦਿੱਤਾ ਕਿ ਜਿਸ ਤਰ੍ਹਾਂ ਦੋ ਜਣੇ ਆਪਸ ਵਿੱਚ ਗੱਲਾਂ ਕਰ ਰਹੇ ਨੇ, ਦੋ ਬੰਦਿਆਂ ਦੇ ਪਰਛਾਵੇਂ ਪੈ ਰਹੇ ਨੇ। ਪਹਿਲਾਂ ਪਹਿਲ ਤੇ ਉਹਨੂੰ ਵਿਸ਼ਵਾਸ ਨਾ ਹੋਇਆ, ਨੇੜੇ ਗਿਆ, ਉਹਨੂੰ ਸਾਫ਼ ਪ੍ਰਤੀਤ ਹੋਇਆ ਕਿ ਬੈਰਕ ਦੇ ਵਿੱਚ ਭਾਈ ਰਣਧੀਰ ਸਿੰਘ ਦੀ ਕੋਠੜੀ ਦੇ ਵਿੱਚ ਕੋਈ ਦੂਸਰਾ ਸ਼ਖਸ ਮੌਜੂਦ ਹੈ। ਉਹਨੇ ਰੌਲਾ ਪਾ ਦਿੱਤਾ ਕਿਉਂਕਿ ਉਹਦੀ ਡਿਊਟੀ ਸੀ, ਉਹ ਡਿਊਟੀ ਕਰਨੀ ਸੀ ਉਸਨੇ। ਮੌਕੇ 'ਤੇ ਮੌਜੂਦ ਜਿਹੜੇ ਆਫਿਸਰ ਸਨ ਜਿਨ੍ਹਾਂ ਦੀ ਡਿਊਟੀ ਸੀ ਨਿਗਾਹਬਾਨੀ ਕਰਨ ਦੀ, ਉਹ ਸਾਰੇ ਉੱਥੇ ਪਹੁੰਚ ਗਏ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਉਹਨਾਂ ਨੇ ਪੁੱਛਿਆ, ਭਾਈ ਸਾਹਿਬ ਜੀ ਸੱਚ ਦੱਸਿਓ ਕਿ ਥੋੜ੍ਹਾ ਸਮਾਂ ਪਹਿਲਾਂ ਤੁਹਾਡੀ ਕੋਠੜੀ ਵਿੱਚ ਕੋਈ ਹੈ ਸੀ? ਭਾਈ ਰਣਧੀਰ ਸਿੰਘ ਜੀ ਪਹਿਲਾਂ ਤੋਂ ਬੋਲੇ ਨਹੀਂ, ਫਿਰ ਦੂਜੀ ਵਾਰੀ ਆਵਾਜ਼ ਦੇ ਕੇ ਉਹਨਾਂ ਨੇ ਪੁੱਛਿਆ, ਭਾਈ ਸਾਹਿਬ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕਿ ਥੋੜ੍ਹੀ ਦੇਰ ਪਹਿਲਾਂ ਤੁਹਾਡੀ ਕੋਠੜੀ ਵਿੱਚ ਕੋਈ ਹੈ ਸੀ? ਰੱਬ ਦੇ ਪਿਆਰੇ ਦੱਸਣਾ ਤੇ ਨਹੀਂ ਚਾਹੁੰਦੇ ਪਰ ਅੱਜ ਮੌਕਾ ਬਣ ਗਿਆ। ਕਹਿਣ ਲੱਗੇ, ਹੈ ਸੀ ਦੀ ਗੱਲ ਨਹੀਂ, ਉਹ ਤੇ ਹੁਣ ਵੀ ਹੈ। ਹੈ ਸੀ ਦੀ ਗੱਲ ਨਹੀਂ, ਉਹ ਤੇ ਹੁਣ ਵੀ ਹੈ। ਉੱਥੇ ਮੈਂ ਜਿੱਥੇ ਜਾਂਦਾ ਮੇਰੇ ਨਾਲ ਹੀ ਜਾਂਦਾ, ਮੈਂ ਜਦੋਂ ਤੋਂ ਜੇਲ੍ਹ ਵਿੱਚ ਆਇਆ ਉਹ ਮੇਰੇ ਨਾਲ ਇੱਥੇ ਵੀ ਹੈ। ਕੌਣ ਹੈ ਉਹ? ਪੜ੍ਹਦੇ ਆਪਾਂ ਸਾਰੇ ਹਾਂ, ਪਰ ਉਹਨਾਂ ਨੇ ਮੰਨ ਲਿਆ। ਜਿਸ ਦਿਨ ਆਪਾਂ ਮੰਨ ਲਵਾਂਗੇ ਸਾਡੇ ਨਾਲ ਵੀ ਆ ਜਾਣਾ ਉਹਨੇ। ਆਪਾਂ ਮੰਨਣ ਲਈ ਤਿਆਰ ਨਹੀਂ, ਉਹਨਾਂ ਨੇ ਮੰਨ ਲਿਆ। ਉਹਨਾਂ ਨੇ ਕੇਵਲ ਪੜ੍ਹਿਆ ਨਹੀਂ, ਉਹਨਾਂ ਦੇ ਜੀਵਨ ਵਿੱਚ ਇਹ ਵਾਪਰ ਗਿਆ ਸਾਰਾ ਕੁਝ।